हाँ जी, वाहिगुरु जी का खालसा, वाहिगुरु जी की फतेह जी। वाहगुरु जी का खालसा, वाहगुरु जी की फतेह। वीर जी, नानक सर संपर्ता तो बोल रहे हो तुसी? हाँ जी, मैं वीर जी अमरप्रीत सिंह गुजरवाल बोल रहे हैं, लुधियाना डिस्ट्रिक्ट चो। ठीक है जी। तुहाडी एक आडियो मेरे तक पहुंची सी, जिदे विच तुसी ये गल कही है वी ये जेड़ी लैटरीन आ ये नानक सर नहीं पई, है ना? हाँ जी, हाँ जी, ठीक है जी, चलो उत्थे नहीं होनी, है ना? वैसे हाँ जिहड़ी ये ज्यादा आडियो चल रही है वो मेरी नहीं हैगी, है ना? जिहदे विच ये कहा गया भी ये नानक सर पई है। हाँ जी, ते अपने लुधियाने डिस्ट्रिक्ट दे विच राड़े जिथे अजकल उत्थे बर्शी चल रही है ना, हाँ जी, उत्थे मैं खुद अपनी अखां नाल वेखी है लैटरीन पई। नहीं बेनती सुनो, हाँ जी, अगले मैनू एक देखो। मिनट मैनू गल कर लैण दो ना। हाँ हाँ तुसी कर लो, कोई गल सिख धर्म दे विच पूजा अकाल की, परचा शब्द का, ते दीदार खालसे का। बिल्कुल पूजा अकाल की है, देखो जदों बाणी पढ़दे आ ओ लोक हवा दी पूजा करदे सी, अग दी पूजा करदे सी, है ना? हाँ जी, पानी दी पूजा करदे सी। सतगुरु ने सीधा सानू अकाल पुरख परमात्मा नाल जोड़िया, है ना? हाँ जी, ਤੇ ਮੈਂ ਖੁਦ ਰਾੜੇ ਗਿਆ ਜੀ, ਬਹੁਤ हाँ ਵਾਰ जी, ਜਾ ਕੇ ਵੇਖਿਆ, हाँ जी, ਲੈਟਰੀਨ ਉੱਥੇ ਵੀ ਮੌਜੂਦ ਹੈ, ਨਲਕਾ ਉੱਥੇ ਹੈ। ਉਸ हाँ ਬਾਬੇ जी, ਨੂੰ ਜਿਹਨੂੰ ਉਹਦੇ ਵਿੱਚ ਪਾ ਕੇ ਜਲ ਪ੍ਰਵਾਹ ਕੀਤਾ ਗਿਆ, ਇੱਕ ਬਕਸਾ ਉੱਥੇ ਪਿਆ, ਹੈ ਨਾ? हाँ जी, हाँ जी, ਫੋਟੋਆਂ ਲੱਗੀਆਂ ਨੇ, ਬਾਬੇ ਦੇ ਪੈਰ ਹੈਗੇ ਆ, ਸਾਰੀਆਂ ਉੱਥੇ ਫੋਟੋਆਂ ਮੌਜੂਦ ਨੇ, ਤੁਹਾਨੂੰ ਪਤਾ, ਖੁੰਡੀਆਂ ਪਈਆਂ, ਸਭ ਕੁਝ ਪਿਆ, ਹੈ ਨਾ? हाँ जी, हाँ जी, ਤੇ ਇੰਨੀਆਂ ਫੋਟੋਆਂ ਦੇ ਵਿੱਚ ਮੈਨੂੰ ਤਕਰੀਬਨ ਸਾਰੀਆਂ ਫੋਟੋਆਂ ਦੇ ਵਿੱਚ ਉਸ ਬਾਬੇ ਈਸ਼ਰ ਸਿੰਘ ਜੀਆਂ ਦੇ ਕਿਰਪਾਨ ਪਾਈ ਨਜ਼ਰ ਨਹੀਂ ਆਈ, ਹੈ ਨਾ? ਠੀਕ ਹੈ ਜੀ, ਦੂਜੇ ਨੰਬਰ ਤੇ ਜੇ ਆਪਾਂ ਕਹਿ ਦਈਏ ਵੀ ਬਾਬਿਆਂ ਤੋਂ ਬਾਅਦ ਦੇ ਵਿੱਚ ਇਹ ਸਾਰਾ ਕੁਝ ਹੋਣ ਲੱਗ ਗਿਆ ਉੱਥੇ, ਹੈ ਨਾ? ਹਾਂ ਜੀ, ਚਲੋ ਇਹ ਤੁਸੀਂ ਕਹੋਗੇ ਵੀ ਮੈਂ ਗੱਲ ਨਾਲ ਤੁਹਾਡੀ ਨਾਲ ਸਹਿਮਤ ਹੋ ਜਾਵਾਂਗਾ ਵੀ ਚਲੋ ਬਾਬੇ ਨੇ ਨਹੀਂ ਇਹ ਕੁਝ ਕਰਵਾਇਆ, ਬਾਅਦ ਹਾਂ ਹੀ ਜੀ, ਹੋਣ ਲੱਗ ਗਿਆ। ਦੇਖੋ ਉੱਥੇ ਆਲੇ ਦੁਆਲੇ ਹਰੇਕ ਖੂੰਜੇ ਦੇ ਵਿੱਚ ਸਿੰਘ ਬੈਠੇ ਹੁੰਦੇ ਨੇ, ਹਾਂ ਜੀ, ਠੀਕ ਹੈ ਜੀ? ਹਾਂ ਜਦੋਂ ਜੀ, ਮੱਥਾ ਟੇਕਿਆ ਜਾਂਦਾ, ਖੁੰਡੀਆਂ ਨੂੰ ਮੱਥਾ ਟੇਕਿਆ ਜਾਂਦਾ, ਲੈਟਰੀਨ ਨੂੰ ਮੱਥਾ ਟੇਕਿਆ ਜਾਂਦਾ, ਨਲਕੇ ਨੂੰ ਮੱਥਾ ਟੇਕਿਆ ਜਾਂਦਾ, ਜੋੜੇ ਪਏ ਨੇ ਵੱਡੇ ਵੱਡੇ, ਉੱਥੇ ਬੂਟ ਪਏ ਨੇ, ਉਹਨਾਂ ਨੂੰ ਮੱਥਾ ਟੇਕਿਆ ਜਾਂਦਾ। ਇੱਕ ਵੀ ਬਾਬਾ ਹਾਂ ਉੱਠ ਜੀ, ਕੇ ਨਹੀਂ ਕਹਿੰਦਾ ਭਾਈ ਇਹ ਵੈਸੇ ਲਾਏ ਨੇ, ਯਾਦ ਤੌਰ ਤੇ ਲਾਏ ਨੇ ਤੇ ਇਹ ਮੱਥਾ ਟੇਕਣ ਲਈ ਨਹੀਂ ਹਨ। ਹਾਂ ਜੀ, ਤੇ ਉੱਥੇ ਵੇਖ ਕੇ ਤੁਸੀਂ ਹੁਣ ਉਹ ਆਡੀਓ ਚ ਗੱਲ ਕੀਤੀ ਹੈ ਵੀ ਵੱਡਾ ਕਥਾ ਵਾਚਕ ਹੋਊਗਾ ਜਾਂ ਇਦਾਂ, ਜਿਹਨੂੰ ਵੀ ਕਿਹਾ ਚਲੋ ਉਹ ਕਿਸੇ ਨੇ ਆਡੀਓ ਪਾਈ ਹੋਣੀ ਹੈ, ਹਨਾ? ਮੇਰਾ ਉਹਦੇ ਨਾਲ ਕੋਈ ਮਕਸਦ ਨਹੀਂ ਹੈਗਾ। ਹਾਂ ਜੀ, ਹਾਂ ਤੇ ਜਿਹੜੀਆਂ ਗੱਲਾਂ ਵੀਰ ਜੀ ਮੈਂ ਤੁਹਾਡੇ ਅੱਗੇ ਰੱਖੀਆਂ ਨੇ, ਤੁਹਾਡੇ ਇਸ ਹਾਂ ਜੀ, ਬਾਰੇ ਕੀ ਖਿਆਲ ਹੋਏਗਾ? ਨਹੀਂ ਵੀਰ ਜੀ, ਮੇਰੀ ਬੇਨਤੀ ਸੁਣੋ। ਜੀ ਪਹਿਲੀ ਗੱਲ ਤਾਂ ਮੈਂ ਨਾਨਕਾ ਸੰਪਰਦਾ ਚ ਬੋਲਦਾ, ਹਾਂ ਜੀ, ਹਾਂ ਜੀ, ਠੀਕ ਠੀਕ ਹੈ, ਤੁਸੀਂ ਮੈਨੂੰ ਪਛਾਣ ਹੀ ਲਿਆ। ਹਾਂ ਜੀ, ਹਾਂ ਜੀ, ਤੇ ਤੁਸੀਂ ਰਾੜਾ ਸਾਹਿਬ ਜੀ ਦਾ ਤੁਸੀਂ ਸੁਣਾਇਆ ਸਾਰਾ ਕੁਛ ਕਿਹਾ, ਮੈਂ ਤਾਂ ਆਪਣੇ ਸੰਪਰਦਾ ਦੇ ਵਿੱਚ ਜਵਾਬ ਦਿੱਤਾ ਸੀਗਾ ਵੀ ਉਹਨਾਂ ਨੇ ਕਿਹਾ ਸੀਗਾ ਵੀ ਇਹਦੀ ਨਾਨਕ ਸਰ ਲੈਟਰ ਬਣੀ ਹੋਈ ਹੈ ਤੇ ਉੱਥੇ ਗੋਲਕ ਰੱਖੀ ਹੋਈ ਹੈ, ਉਹ ਪੂਜਾ ਕਰਾਉਂਦੇ ਆ। ਤੇ ਮੈਂ ਉਹਨੂੰ ਸੱਜਣ ਨੂੰ ਕਿਹਾ ਸੀ ਵੀ ਸਾਨੂੰ ਆਣ ਕੇ ਪ੍ਰੂਫ ਕਰ ਵੀਰ, ਇਸ ਤਰ੍ਹਾਂ ਤਾਂ ਮੈਂ ਵੀ ਕਹੂੰਗਾ ਤੇਰੇ ਘਰੇ ਲੈਟਰਿੰਗ ਬਣੀ ਹੋਈ ਹੈ, ਤੂੰ ਪੂਜਾ ਕਰਦਾ ਕਰਦਾ, ਹਨਾ? ਮੈਂ ਵੀ ਕਹਿ ਸਕਦਾ, ਕਹਿਣ ਨਾਲ ਨੀ ਕੁਛ ਹੁੰਦਾ, ਜਦ ਪ੍ਰੂਫ ਕਰਾਓ ਆਣ ਕੇ ਨਾ ਵੀ ਉੱਥੇ ਕੋਈ ਲੈਟਰਿੰਗ ਜਿਹੜੀ ਬਣੀ ਹੋਈ ਹੈ। ਸਾਰੀ ਗੱਲ ਕਰੀ ਹੈ ਉਹਦੇ ਵਿੱਚ। ਹਾਂ ਹਾਂ, ਮੈਂ ਬੇਨਤੀ ਕਰਦਾ ਨਾ, ਦੇਖੋ ਕਿਸੇ ਤੇ, ਕਿਸੇ ਸੰਪਰਦਾ ਤੇ, ਕਿਸੇ ਪਰਿਵਾਰ ਤੇ, ਕਿਸੇ ਸਿੱਖ ਤੇ ਆਪਾਂ ਬਿਨਾਂ ਗੱਲ ਤੋਂ ਦੂਸ਼ਣ ਲਾਉਣਾ ਬਹੁਤ ਮਾੜੀ ਗੱਲ ਹੈ। ਨਹੀਂ ਉਹ ਤੇ ਵੀਰ ਜੀ ਹੈਗਾ, ਦੇਖੋ ਨਾਨਕ ਸਰ ਵਾਲੇ ਵੀ ਰਾੜੇ ਦੇ ਨਾਲ ਲਗਾ ਰੱਖਦੇ ਨੇ, ਉਹਨਾਂ ਦਾ ਪਿਆਰ ਹੈਗਾ। ਨਹੀਂ ਲਗਾ, ਨਹੀਂ ਲਗਾ, ਵੇਖੋ ਨਹੀਂ ਲਗਾ, ਅਸੀਂ ਨਮਸਕਾਰ ਕਰਦੇ ਹਾਂ ਬਾਬਾ ਈਸ਼ਵਰ ਸਿੰਘ ਮਹਾਰਾਜ ਨੂੰ, ਨਮਸਕਾਰ ਕਰਦੇ ਹਾਂ, ਮੈਂ ਲਗਾ ਕੀ ਕਹਿੰਦੇ ਤੁਸੀਂ ਨਹੀਂ ਉਹ ਸਾਡੇ ਮਾਂ ਪਿਓ? ਰਿਹਾ ਬਈ, ਨਹੀਂ ਨਹੀਂ ਇੱਕ ਮਿੰਟ ਗੱਲ, ਦੇਖੋ ਹੁਣ ਲੇਕਿਨ ਬਰਸੀ ਚੱਲਦੀ ਆ, ਸਾਡੇ ਪ੍ਰਚਾਰ ਹਾਂਜੀ, ਉੱਥੇ ਪਹੁੰਚਦੇ ਨੇ, ਇੱਕ ਵਾਰ ਵੀ ਉੱਥੇ ਸੰਗਤ ਦੇ ਵਿੱਚ ਜਾਂ ਉਹਨਾਂ ਪ੍ਰਬੰਧਕਾਂ ਨਾਲ ਅਸੀਂ ਨਾਨਕ ਸਰ ਤੋਂ ਆ ਕੇ ਉਹਨਾਂ ਨਾਲ ਇੱਕ ਵਾਰ ਵੀ ਉਹਨਾਂ ਨੂੰ ਇਹ ਨਹੀਂ ਕਹਿੰਦੇ ਵੀ ਇਹ ਸਾਰਾ ਕੁਝ ਗਲਤ ਹੈ, ਕਿਉਂ? ਨਹੀਂ ਆਪਾਂ ਵੇਖੋ ਗੱਲ ਸੁਣੋ ਇੱਕ ਮਿੰਟ, ਅਸੀਂ ਨਾਨਕ ਸਰ ਦੀ, ਤੁਸੀਂ, ਮੈਂ ਤਾਂ ਆਪਣੀ ਨਾਨਕ ਸਰ ਦੀ ਗੱਲ ਕੀਤੀ ਨਾ, ਤੁਸੀਂ ਇਹਨੂੰ ਨਾਨਕ ਸਰ ਦੇ ਬਾਰੇ ਸਵਾਲ ਕੋਈ ਕਰੋ ਨਾ। ਮੈਂ ਨਹੀਂ, ਇੱਕ ਮਿੰਟ, ਮੇਰੀ ਬੇਨਤੀ ਸੁਣੋ ਨਾ, ਸਹਿਮਤ ਆ ਵੀ ਨਹੀਂ, ਨਹੀਂ ਮੈਂ ਤੁਹਾਡੇ ਨਾਲ ਸਹਿਮਤ ਆ ਵੀ ਚਲੋ ਨਾਨਕ ਸਰ ਨਹੀਂ ਹੈਗੀ, ਨਾਨਕ ਹਾਂਜੀ ਸਰ ਵਾਲੇ ਪ੍ਰਚਾਰਕ ਅਤੇ ਆਦਿਕ ਪ੍ਰਚਾਰਕ ਸਾਰੇ ਰਾੜੇ ਪਹੁੰਚਦੇ ਨੇ ਜਦੋਂ ਬਰਸ਼ੀ ਹੁੰਦੀ ਆ। ਹਾਂਜੀ, ਪ੍ਰਚਾਰਕ ਹੋਣ ਨਾਤੇ ਸਾਡਾ ਇਹ ਫਰਜ਼ ਨਹੀਂ ਬਣਦਾ ਵੀ ਅਸੀਂ ਰਾੜੇ ਵਾਲਿਆਂ ਨੂੰ ਕਹੀਏ ਵੀ ਇਹ ਸਾਰਾ ਕੁਝ ਗਲਤ ਹੋ ਰਿਹਾ, ਜਾਂ ਤੁਹਾਡੀ ਨਜ਼ਰ ਚ ਠੀਕ ਹੋ ਰਿਹਾ, ਤੁਸੀਂ ਇਹ ਦੱਸੋ ਵੀ ਇਹ ਠੀਕ ਹੋ ਰਿਹਾ।
ਨਹੀਂ ਵੇਖੋ ਵੇਖੋ ਮੈਂ ਹਾਂ ਸੰਤ ਸੇਵੀ, ਠੀਕ ਹੈ ਨਾ ਜੀ, ਤੇ ਮੇਰੀ ਜਿਹੜੀ ਸ਼ਰਧਾ ਹੈ ਉਹ ਦੇਖੋ, ਤੁਹਾਡੀ ਜਿਹੜੀ ਸ਼ਰਧਾ ਹੈ ਉਹ ਗੁਰੂ ਸਾਹਿਬ ਜਾਣਦੇ ਆ, ਮੇਰੀ ਸ਼ਰਧਾ ਨੂੰ ਗੁਰੂ ਸਾਹਿਬ ਜਾਣਦੇ ਨੇ, ਠੀਕ ਹੈ ਨਾ ਜੀ। ਮੈਂ ਇਹਦੇ ਵਿੱਚ ਨਾ ਕਿੰਦੂ ਕਰੂੰਗਾ, ਨਾ ਮੈਂ ਹੱਕ ਚ ਆ, ਨਾ ਹੱਕ ਚ ਆ, ਜਿੱਥੇ ਮੇਰੀ ਮਨ ਖੜਿਆ। ਦੇਖੋ ਕੋਈ ਗੁਰੂ ਨਾਨਕ ਦੇਵ ਜੀ ਨੂੰ ਭੂਤ ਕਹਿ ਰਿਹਾ ਸੀ, ਉਹ ਵੀ ਉਹਦੀ ਸ਼ਰਧਾ ਸੀ, ਉਹ ਬੇਸ਼ਰਧਾ ਸੀ। ਕੋਈ ਉਹਨੂੰ ਗੁਰੂ ਨਾਨਕ ਗੁਰੂ ਨਿਰੰਕਾਰ ਸਮਝ ਰਿਹਾ ਸੀ, ਭਾਈ ਲੈਣੇ ਵਰਗੇ। ਹਾਂਜੀ, ਤਾਂ ਇਹ ਗੱਲ ਹੈ ਵੀ ਉਹ ਹੁਣ ਉਹ ਤਾਂ ਸਮਝਣ ਦੀ ਗੱਲ ਹੈ ਨਾ। ਦੇਖੋ ਜਿਹੜੀ ਜਿਹੜੀ ਆਪ ਆਪਣੀ ਬੁੱਧ ਹੈ ਜੇ ਸ਼ਰਧ ਨਹੀਂ, ਇਹ ਵੀਰ ਜੀ ਪੰਗਤੀ ਇਸ ਲਈ ਨਹੀਂ ਹੈਗੀ ਆਪ ਆਪਣੀ ਬੁੱਧ ਹੈ ਜਿੱਤੀ। ਜੋ ਗਲਤ ਹੋ ਰਿਹਾ, ਮੇਰੇ ਬਾਬੇ ਨਾਨਕ ਨੇ ਤੱਕਿਆ ਵੀ ਪਾਣੀ ਉੱਪਰ ਨਹੀਂ ਪਹੁੰਚਦਾ, ਬਾਬੇ ਨੇ ਉੱਥੇ ਜਾ ਕੇ ਕਿਹਾ ਵੀ ਏਦਾਂ ਪਾਣੀ ਉੱਪਰ ਨਹੀਂ ਪਹੁੰਚਦਾ, ਉਹਨਾਂ ਦੀ ਸ਼ਰਧਾ ਸੀ, ਕਿਉਂ ਤੋੜੀ ਗੁਰੂ ਨਾਨਕ ਪਾਤਸ਼ਾਹ ਨੇ? ਹਾਂਜੀ ਹਾਂਜੀ, ਜਨੇਊ ਪਾਉਣਾ ਉਹਨਾਂ ਲੋਕਾਂ ਦੀ ਸ਼ਰਧਾ ਸੀ, ਉਹ ਪਾਉਂਦੇ ਸੀ। ਬਾਬੇ ਨਾਨਕ ਨੇ ਕਿਹਾ ਵੀ ਨਹੀਂ, ਜਨੇਊ ਜੇ ਮੇਰੇ ਪਾਉਣਾ, ਮੇਰੀ ਭੈਣ ਮੇਰੇ ਤੋਂ 5 ਸਾਲ ਵੱਡੀ ਹੈ, ਉਹਦੇ ਕਿਉਂ ਨਹੀਂ ਪਾਇਆ? ਉਹਨਾਂ ਦੀ ਸ਼ਰਧਾ ਸੀ, ਕਿਉਂ ਤੋੜੀ ਗੁਰੂ ਨਾਨਕ ਪਾਤਸ਼ਾਹ ਨੇ? ਦੇਖੋ ਤੁਸੀਂ ਸ਼ਾਇਦ ਮੇਰੀ ਗੱਲ ਨੀ ਵੀਰ ਜੀ ਸਮਝ ਰਹੇ, ਮੈਂ ਗੱਲ ਇਹ ਕਹਿ ਰਿਹਾ ਵੀ ਜੋ ਗਲਤ ਹੋ, ਜਾਂ ਤਾਂ ਤੁਸੀਂ ਕਹੋ ਵੀ ਜੁੱਤੀਆਂ ਦੀ ਪੂਜਾ ਕਰਨੀ, ਪੂਜਾ ਅਕਾਲ ਕੀ ਹੈ, ਲੈਟਰੀਨ ਨੂੰ ਮੱਥਾ ਟੇਕਣਾ, ਉੱਥੇ ਟੇਕਿਆ ਜਾਂਦਾ, ਤੁਸੀਂ ਦੇਖੋ ਹੇਠਲੇ ਪਾਸੇ ਬਿਲਕੁਲ ਸਾਹਮਣੇ ਜਾ ਕੇ, ਠੀਕ ਹੈ? ਫਿਰ ਦੇਖੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਹੁਣ ਤੁਸੀਂ ਸ਼ਰਧਾ ਦਾ ਨਾਮ ਦੇ ਰਹੇ ਹੋ, ਤੇ ਦੂਜੇ ਨੰਬਰ ਤੇ ਤੁਸੀਂ ਆਡੀਓ ਚ ਕਹਿ ਰਹੇ ਹੋ ਬਈ ਨਿੰਦਕ, ਠੀਕ ਹੈ ਜੀ? ਸੱਚ ਨੂੰ ਸੱਚ ਕਹਿਣਾ ਕੀ ਨਿੰਦਿਆ ਹੁੰਦੀ ਹੈ? ਹੁਣ ਮੈਂ ਤੁਹਾਡੇ ਦੇਖੋ ਦੇਖੋ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ, ਮੈਂ ਤੁਹਾਨੂੰ ਮੈਂ ਤੁਹਾਨੂੰ ਠੋਕ ਵਜਾ ਕੇ ਕਹਿ ਰਿਹਾ ਵੀ ਆਹ ਚੀਜ਼ਾਂ ਕੀ ਗੁਰਮਤ ਅਨੁਸਾਰ ਹਨ ਸਾਰਾ ਕੁਝ। ਦੇਖੋ ਇੱਕ ਮਿੰਟ, ਦੇਖ ਮੈਂ ਤੁਹਾਨੂੰ ਦੱਸਦਾ ਨਾ ਮੈਂ। ਦੇਖੋ ਪਹਿਲੀ ਗੱਲ ਤਾਂ ਤੁਸੀਂ ਨਾਨਕ ਸਰ ਗਰੁੱਪ ਦੇ ਵਿੱਚ ਇਹਨੇ ਕੋਈ ਵੀਡੀਓ ਪਾਇਆ, ਜੋ ਵੀ ਪਾਇਆ, ਉਹਦਾ ਮੈਂ ਜਵਾਬ ਦਿੱਤਾ। ਤਾਂ ਉਹਦਾ ਜਵਾਬ ਦੇਣ ਦਾ ਵੀ ਨਾਨਕ ਸਰ ਦਾ ਦਿੱਤਾ ਨਾ ਜਵਾਬ, ਉਹਨੇ ਨਾਨਕ ਸਰ ਹੈਗੀ ਏ, ਉਹਨੇ ਬੜੇ ਠੋਕ ਕੇ ਗੱਲ ਕਹੀ ਏ, ਤਾਂ ਉਹਨੂੰ ਫਿਰ ਅਸੀਂ ਜਵਾਬ ਦਿੱਤਾ ਵੀ ਤੁਸੀਂ ਆਣ ਕੇ ਦੱਸੋ ਸਹੀ ਕਿੱਥੇ ਹੈ। ਠੀਕ ਹੈ, ਅਸੀਂ ਹਾਂਜੀ 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 ਤੇ ਹਾਂਜੀ, ਬੇਨਤੀ ਇਹ ਹੈ ਵੀ ਵੇਖੋ ਤੁਸੀਂ ਉੱਥੇ ਜਾ ਕੇ ਉਹਨਾਂ ਨਾਲ ਮਹਾਂਪੁਰਸ਼ਾਂ ਨਾਲ ਵਿਚਾਰ ਕਰੋ, ਸਕਦੇ ਹੋ ਜਾਓ ਫਿਰ ਜਾ ਕੇ ਆਓ ਉੱਥੇ ਆ ਕੇ ਵੀ ਇਸ ਤਰ੍ਹਾਂ ਨਾ ਕਰਿਆ ਕਰੋ ਵੀਰ ਜੀ। ਕੀਤੀ ਹੈ ਵਿਚਾਰ, ਜਿਹੜੇ ਉੱਥੇ ਬੈਠੇ ਨੇ ਨਾ ਉਹਨਾਂ ਨਾਲ ਗੱਲ ਇਹ ਕੀਤੀ ਹੈ, ਉਹ ਜਵਾਬ ਨਹੀਂ, ਜਵਾਬ ਦੇ ਹੀ ਨਹੀਂ ਇਸ ਚੀਜ਼ ਨੂੰ। ਜਿਹੜੇ ਅੰਦਰ ਜਦ ਆਪਾਂ ਪਹੁੰਚਦੇ ਹਾਂ, ਖੱਬੇ ਹੱਥ ਮੁੜ ਕੇ ਪਹਿਲੇ ਨੰਬਰ ਤੇ ਖੂੰਜੇ ਚ ਬੈਠੇ ਹੁੰਦੇ ਨੇ ਤਕਰੀਬਨ, ਉਹ ਜਿੰਨੀ ਵਾਰ ਅਸੀਂ ਗਏ ਹਾਂ ਉਹ ਉੱਥੇ ਹੀ ਹੁੰਦੇ ਨੇ। ਅਸੀਂ ਉਹਨਾਂ ਨੇ ਗੱਲ ਕੀਤੀ ਵੀ ਇਹ ਸਾਰਾ ਕੁਝ ਗੁਰਮਤ ਅਨੁਸਾਰ ਹੈ, ਉਹ ਕੋਈ ਜਵਾਬ ਦੇ ਹੀ ਨਹੀਂ ਹੈਗੇ। ਹਾਂਜੀ ਹਾਂਜੀ, ਠੀਕ ਹੈ ਨਾ। ਅਗਲੀ ਗੱਲ ਵੀਰ ਜੀ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਆ, ਹਾਂਜੀ, ਕੀ ਸਿੱਖ ਧਰਮ ਮੂਰਤੀ ਪੂਜਾ ਦੇ ਵਰਖਿਲਾਫ ਹੈ ਜਾਂ ਮੂਰਤੀ ਪੂਜਕ ਹੈ, ਚਾਹੇ ਉਹ ਤਸਵੀਰਾਂ ਨੇ? ਹਾਂਜੀ ਠੀਕ ਹੈ ਜੀ। ਵੇਖੋ ਹਾਂਜੀ, ਤੁਸੀਂ ਜਿਹੜੀ ਉਹ ਇੱਕ ਫੋਟੋ ਬਣਾਈ ਹੈ ਜਿਹਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦੇ ਸਰੂਪ ਇਹ ਅਸਲੀ ਨੇ, ਇਹ ਦਰਸ਼ਨ ਦਿੱਤੇ, ਹਨਾ? ਹਾਂਜੀ, ਉਹ ਸਾਰੀ ਗੱਲਬਾਤ ਹੈਗੀ ਹੈ। ਹਾਂਜੀ ਹਾਂਜੀ, ਉਹਦੇ ਤੁਸੀਂ ਹੇਠਾਂ ਲਿਖਿਆ ਗੁਰ ਕੀ ਮੂਰਤ ਮਨ ਮੈਂ ਧਿਆਨ, ਹਾਂਜੀ, ਜਦਕਿ ਅਗਲੀ ਪੰਕਤੀ ਕੀ ਹੈ, ਗੁਰ ਕੈ ਸ਼ਬਦ ਮੰਤਰ ਮਨ ਮਾਨ। ਹਾਂਜੀ ਹਾਂਜੀ ਠੀਕ ਹੈ ਜੀ। ਗੁਰ ਮੂਰਤ ਗੁਰ ਸ਼ਬਦ ਹੈ ਭਾਈ ਗੁਰਦਾਸ ਜੀ, ਹਾਂਜੀ, ਸਾਧ ਸੰਗਤ ਵਿੱਚ ਪ੍ਰਗਟਿਆ ਆ। ਹਾਂਜੀ, ਗੁਰੂ ਦੀ ਤਸਵੀਰ ਗੁਰੂ ਦਾ ਸ਼ਬਦ ਹੈ, ਤੇ ਕਿਰਪਾ ਕਰਕੇ ਤੁਸੀਂ ਮੈਨੂੰ ਗੁਰਬਾਣੀ ਦੇ ਵਿੱਚੋਂ ਕੋਈ ਏਦਾਂ ਦੀ ਪੰਗਤੀ ਰੱਖੋਗੇ ਮੇਰੇ ਸਾਹਮਣੇ ਵੀ ਜਿਹਦੇ ਵਿੱਚ ਤੁਸੀਂ ਇਹ ਦਲੀਲ ਦੇ ਸਕੋ ਵੀ ਹਾਂ ਭਾਈ ਜਿਹੜੀ ਮੂਰਤੀ ਪੂਜਾ ਉਹ ਵੀ ਸਿੱਖ ਧਰਮ ਦੇ ਵਿੱਚ ਹੈ? ਨਹੀਂ, ਮੂਰਤੀ ਪੂਜਾ ਨਾਨਕ ਸਰ ਤਾਂ ਕੋਈ ਨੀ ਹੈਗੀ ਮੂਰਤੀ ਪੂਜਾ। ਵੀਰ ਜੀ ਹੁੰਦੀ ਤੇ ਹੈਗੀ ਆ, ਜਿਹੜੀ ਉਹ ਫੋਟੋਆਂ ਮਿਲਦੀਆਂ ਨੇ ਵੀ ਨਾਨਕ ਸਰ ਸੰਪਰਤਾ ਦੀਆਂ, ਇਹ ਅਸਲੀ ਫੋਟੋ ਹੈ ਗੁਰੂ ਨਾਨਕ ਪਾਤਸ਼ਾਹ ਦੀ, ਉਹ ਦਰਸ਼ਨ ਨਹੀਂ। ਵੇਖੋ ਇਹ ਉਹ ਤਾਂ ਸਪਸ਼ਟ ਗੱਲ ਹੈ, ਉਹਦੇ ਇਤਿਹਾਸ ਚ ਲਾਉਂਦਾ ਬਾਬਾ ਜੀ ਵਿੱਚ ਵੀ ਕੋਈ ਭਗਤ ਪੈਂਟਰ ਸੀਗਾ, ਮੈਂ ਤੁਹਾਨੂੰ ਉਹਨਾਂ ਦੇ ਪਰਿਵਾਰ ਨਾਲ ਮਿਲਾ ਸਕਦਾ। ਵੀਰ ਜੀ ਮੈਨੂੰ ਪਤਾ ਉਹ ਸਾਰੀ ਚੀਜ਼ ਪਤਾ, ਪਰ ਮੈਂ ਤੁਹਾਡੇ ਅੱਗੇ ਗੁਰਬਾਣੀ ਦੀ ਦਲੀਲ ਰੱਖੀ ਹੈ ਵੀ ਹਾਂ, ਮੈਂ ਦੱਸਣਾ ਚਾਹੁੰਦਾ ਮੈਂ ਤੁਹਾਨੂੰ, ਬਾਬਾ ਨੰਦ ਸਿੰਘ ਜੀ ਕੋਲ ਵੀ ਇਸ ਤਰ੍ਹਾਂ ਦਾ ਜਿਵੇਂ ਆਪ ਜੀ ਨੇ ਵਿਚਾਰ ਕੀਤੀ ਸੀ ਨਾ, ਹੁਣ ਉਹੀ ਸਵਾਲ ਵੀ ਉਹਨਾਂ ਕੋਲ ਵੀ ਕੋਈ ਆ ਗਿਆ ਸੀ, ਕਹਿੰਦੇ ਵੀ ਤੁਸੀਂ ਇੰਨੀ ਸਤਿਗੁਰੂ ਜੀ ਦੀ ਪੂਜਾ ਕਰਦੇ ਹੋ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਮੰਨਦੇ ਹੋ, ਹਾਜ਼ਰ ਨਾਲ ਜਾਣਦੇ ਹੋ, ਪਰ ਤੁਸੀਂ ਸਰੂਪ ਕਿਉਂ ਲਾ ਕੇ ਰੱਖੇ ਆ ਗੁਰੂ ਨਾਨਕ ਦੇਵ ਜੀ ਦੇ? ਇਹ ਨਹੀਂ ਨਾਨਕ ਜੀ ਦੇ, ਮੂਰਤੀ ਪੂਜਾ। ਫਿਰ ਬਾਬਾ ਜੀ ਉਹਨਾਂ ਨੇ ਵਿਚਾਰ ਕੀਤੀ ਵੀ ਕਹਿੰਦੇ ਪ੍ਰੇਮੀਆਂ ਤੇ ਕਰਨਾ ਵਿਚਾਰ ਕਰ, ਕੋਈ ਗੱਲ ਨੀ, ਤੇ ਨਾ ਵਿਚਾਰ ਕਰਦੇ ਆ। ਵਿਚਾਰ ਕੀਤੀ ਬਾਬਾ ਜੀ ਨੇ, ਕਹਿੰਦੇ ਕਿ ਬੱਚਾ ਛੋਟਾ ਜਿਹਾ ਹੁੰਦਾ, 3 ਕੁ ਮਹੀਨਿਆਂ ਦਾ ਹੁੰਦਾ, 2 ਮਹੀਨਿਆਂ ਦਾ ਹੁੰਦਾ, ਉਹਦਾ ਪਿਤਾ ਵਿਦੇਸ਼ ਚਲਾ ਜਾਂਦਾ। ਤਾਂ ਉਹਦਾ ਪਿਤਾ ਵਿਦੇਸ਼ ਚਲਾ ਜਾਂਦਾ ਤਾਂ ਉਹਦੀ ਸੁਨੇਹ ਘਰ ਚ ਹੁੰਦੀ ਹੈ, ਫੋਟੋ ਘਰ ਚ ਹੁੰਦੀ ਹੈ ਉਹਦੀ। ਤਾਂ ਉਹਦੀ ਮੰਮਾ ਕਹਿੰਦੀ ਹੈ ਵੀ ਆਹ ਤੇਰੇ ਪਾਪਾ ਬਾਹਰ ਗਏ ਹੋਏ ਨੇ,
ਜੀ ਜੀ ਤੇਰੇ ਪਿਤਾ ਜੀ ਬਾਹਰ ਗਏ ਹੋਏ ਉਹ 10 ਸਾਲ 5 ਸਾਲ ਬਾਅਦ ਆਉਂਦਾ ਵਾਪਸ ਜੀ ਜੀ ਚਾਹੁੰਦਾ ਆਪਣੇ ਪਰਿਵਾਰ ਕੋਲ ਜੀ ਜੀ ਉਹ ਜਿਹੜਾ ਬੱਚਾ ਹੈ ਵੱਡਾ ਹੋ ਜਾਂਦਾ ਉਹ ਵੀ ਜੀ ਜੀ ਉਹ ਭੱਜ ਕੇ ਆਪਣੇ ਪਿਤਾ ਨੂੰ ਗਲਵੱਖੜੀ ਪਾ ਲੈਂਦਾ ਜੀ ਜੀ ਤੇ ਹੁਣ ਮੇਰੀ ਬੇਨਤੀ ਨੂੰ ਪ੍ਰਵਾਨ ਕਰਿਓ ਵੀ ਉਹ ਪਿਤਾ ਦਾ ਪਿਤਾ ਦੀ ਪਛਾਣ ਫੋਟੋ ਚ ਹੋਈ ਨਾ गुरु नानक देव जी महाराज सच्चे पातशाह सानू सरूप नहीं तारनगे मेरी ध्यान नाल गल सुन लो सानू फोटोआं नहीं तारनगियां सानू तारूगा गुरु ग्रंथ साहिब जी दी बाणी पर सानू पता होना कि साडा गुरु नानक इहो जिहा है हां जी वीर जी इह चलो तुहाडी विचार हो गई है ना जी हां जी मैं तो अड़े के दो शब्द रखे सी जी गुरमूर्त गुर शब्द है गुरु दी तस्वीर गुरु दा शब्द है ठीक है जी हां जी उपदेश चौं वर्णा को सांझा है ना हां जी गुरबाणी दा उपदेश सारे नूं सांझा हिंदू मुसलमान सिख ईसाई जो भी इत्थे आवे है ना हां जी हां जी हां जी हजरत मुहम्मद साहब दी अजे तक तस्वीर नहीं बनी हां जी मुसलमान कुरान ए शरीफ दे विचों हजरत मुहम्मद देखदे ने ना के ओदी तस्वीर दी पूजा करदे ने हाँ जी, हाँ जी। अगली गल जी हाँ जी ये गल्लां हुण दीआं ने भी गुरु नानक पातशाह दीआं तस्वीरां हुण सामने आईआं 1900 ईस्वी तो बाद दे विच ये सारा कुछ होया हाँ जी भाई तारू सिंह किहड़े गुरु नानक पातशाह दे दर्शन करदे सन भाई मनी सिंह जी भाई मती दास जी ओ बाबे नानक नूं किहड़ी तस्वीर देखदे सन ये ते हुण बन के पिंटर ने सामने रखी है कि फिर ओह नकली ओह देखदे रहे प्रवान कर रहा पर मेरी बेनती उस प्रवान करो ना एक सिर्फ शब्द ही सानू शब्द ने मुक्ति देनी वाले कथा कर दे हुंदे ने ओ क्यों ए चीजां नहीं बोलदे भी ए तस्वीर भाई एदां है ए जां ए असली है जां ए नकली है जां की है हुण तुसीं मैनूं नकली तस्वीर नहीं दित्ती तस्वीर असली है मेरी ध्यान गल सुन लो असी बेनती करते हैं असी तस्वीर दे नहीं कहते तस्वीर मुक्ति दिंदी है मैं अभी बेनती कर चुका तुहानू सिर्फ पहचान है तस्वीर बलाकी दास जो अपना गुरु तेग बहादुर साहब जी गए जाके उत्थे अजायब घर अज भी तुसी देख सकते हो कलकत्ते विच उत्थे सतगुरु जी महाराज माता ने बेनती की महाराज जी मैं तुहाडे दर्शन करना चाहुंदी हां वीर जी ओह मैनूं पता है जी देखो ਸਾਡੇ ਵਰਗੇ ਵੀਰ ਆਮ ਜਿਹੜੇ ਲੋਕ ਨੇ ਉਹ ਕੀ ਕਰਨ ਵੀ ਉਹ ਗੁਰਬਾਣੀ ਕਹਿੰਦੀ ਹੈ ਗੁਰਮੂਰਤ ਗੁਰ ਸ਼ਬਦ ਹੈ ਉਹ ਤਾਂ ਸ਼ਰੇਆਮ ਗੁਰਬਾਣੀ ਤਾਂ ਸਿੱਧੀ ਕਹਿ ਰਹੀ ਹੈ ਗੁਰੂ ਦੀ ਤਸਵੀਰ ਦੇਖੋ ਗੁਰੂ ਨਾਨਕ ਪਾਤਸ਼ਾਹ ਨੇ ਕੋਈ ਤਸਵੀਰਾਂ ਨਹੀਂ ਸਮਝੀ ਵੰਡੀਆਂ ਵੀ ਉਹ ਤਸਵੀਰਾਂ ਵੰਡਦੇ ਫਿਰਦੇ ਸਨ ਉਹਨਾਂ ਮੈਂ ਅਕਸਰ ਗੱਲ ਕਰਦਾ ਹੁੰਦਾ ਵੀ ਬਾਬਾ ਨਾਮ ਸਿੰਘ ਨੇ ਕਿਹੜਾ ਤਸਵੀਰਾਂ ਵੰਡੀਆਂ ਸੀਗੀਆਂ ਇਹ ਗੱਲ ਨਹੀਂ ਹੁੰਦੀ ਤਸਵੀਰਾਂ ਕੋਈ ਆਪ ਜਿਹੜਾ ਹੁੰਦਾ ਨਾ ਜਿਹੜਾ ਆਪ ਮਾਲਕ ਹੁੰਦਾ ਨਾ ਉਹ ਕੁਛ ਨਹੀਂ ਮੰਨਦਾ ਹੁੰਦਾ ਬਾਬੇ ਨਾਨਕ ਦੀ ਤਸਵੀਰ ਨਹੀਂ ਦਿਖਦੀ ਸਿੱਧ ਗੋਸਤ ਬਾਣੀ ਦੇ ਵਿੱਚੋਂ ਗੁਰੂ ਨਾਨਕ ਪਾਤਸ਼ਾਹ ਸਿੱਖ ਨੂੰ ਨਹੀਂ ਦਿਖਦਾ ਜੀ ਨਹੀਂ ਆਪਾਂ ਚਲੋ ਤਸਵੀਰ ਦਿਸਦੀ ਆਪਾਂ ਨੂੰ ਮੇਰੇ ਪਿਤਾ ਦਾ ਨਾਮ ਬਲਜੀਤ ਸਿੰਘ ਹੈ ਇੱਕ ਮਿੰਟ ਬਲਜੀਤ ਸਿੰਘ ਜੇ ਤੁਸੀਂ ਬਲਜੀਤ ਸਿੰਘ ਨੂੰ ਦੇਖਿਆ ਹੀ ਨਹੀਂ ਗਾ ਤੁਸੀਂ ਫਿਰ ਬਲਜੀਤ ਸਿੰਘ ਦਾ ਨਾਮ ਭਾਵੇਂ ਲਈ ਜਾਓ ਕੋਲੇ ਜਿੰਨਾ ਚਿਰ ਜਬ ਦੇਖਾ ਤਬ ਗਾਵਾ ਤੋ ਜਨ ਧੀਰਜ ਪਾਵਾ ਜਦੋਂ ਦੇਖਿਆ ਹੋਵੇ ਨਾ ਫਿਰ ਗਾਇਆ ਜਾਂਦਾ ਕੋਈ ਵੀ ਤੁਸੀਂ ਮੈਨੂੰ ਹੁਣ ਮੇਰੀ ਗੱਲ ਸੁਣੋ ਤੁਸੀਂ ਫੋਨ ਤੇ ਗੱਲ ਕਰ ਰਹੇ ਹੋ ਮੇਰੇ ਨਾਲ ਤੁਸੀਂ ਕਰੋੜਾ ਵਾਰ ਮੇਰੇ ਅੱਗੇ ਆ ਜਾਓ ਮੈਂ ਤੁਹਾਡੇ ਅੱਗੇ ਆ ਜਾ ਤੁਸੀਂ ਮੈਨੂੰ ਕਦੇ ਪਹਿਚਾਣ ਨਹੀਂ ਸਕਦੇ ਮੈਨੂੰ ਵੇਖਿਆ ਹੋਵੇਗਾ ਤਾਂ ਫਿਰ ਤੁਸੀਂ ਮੈਨੂੰ ਪਹਿਚਾਣ ਲਓਗੇ ਵੀਰ ਜੀ ਮੈਂ ਬਿਲਕੁਲ ਸਮਝਦਾ ਤੁਹਾਡੇ ਨਾਲ ਪਹਿਚਾਣ ਲਾਂਗੇ ਇਹ ਦੁਨਿਆਵੀ ਗੱਲਾਂ ਨੇ ਆਪਣੀਆਂ ਸਾਰੀਆਂ ਹਨਾ ਨਹੀਂ ਦੁਨਿਆਵੀ ਨਹੀਂ ਇੱਕ ਉਦਾਹਰਨ ਹੈ ਮੈਂ ਤੁਹਾਡੀ ਦੱਸਾਂ ਜੀ ਮੈਂ ਤੁਹਾਡੀ ਇਸ ਦੀ ਵੀ ਦਲੀਲ ਤੁਹਾਨੂੰ ਦਿੰਨਾ ਜਿਹੜੇ ਵੀਰ ਦੀਆਂ ਅੱਖਾਂ ਦੀ ਰੋਸ਼ਨੀ ਨਾ ਹੋਵੇ ਉਹ ਕਿੱਦਾਂ ਦੇਖੋ ਹਾਂਜੀ ਦੇਖੋ ਜਿਹੜੇ ਵੀਰ ਦੀ ਅੱਖਾਂ ਦੀ ਰੋਸ਼ਨੀ ਨਾ ਹੋਵੇ ਕਿਸੇ ਦੀ ਉਹ ਗੁਰੂ ਨੂੰ ਕਿੱਦਾਂ ਦੇਖੇ ਦੇਖੋ ਬਿਲਕੁਲ ਮੈਂ ਇਹਦਾ ਜਵਾਬ ਤਾਂ ਸਿੰਘ ਜੀ ਹਾਂਜੀ ਕਰਦੇ ਰਹੇ ਨੇ ਉਹਨਾਂ ਦੀ ਅੱਖਾਂ ਦੀ ਰੋਸ਼ਨੀ ਨਹੀਂ ਹੁੰਦੀ ਸੀ ਹਾਂਜੀ ਵੀ ਦਰਬਾਰ ਸਾਹਿਬ ਤੋਂ ਭਾਈ ਸਾਹਿਬ ਜੀ ਕੀ ਨਾਮ ਉਹਨਾਂ ਦਾ ਉਹ ਕੀਰਤਨ ਕਰਦੇ ਨੇ ਹਨਾ ਮੈਨੂੰ ਹਾਂਜੀ ਗਿਆ
ਉਹਨਾਂ ਦੀ ਅੱਖਾਂ ਦੀ ਰੋਸ਼ਨੀ ਨਹੀਂ ਹੈਗੀ ਹੈ ਨਾ। ਹਾਂਜੀ ਹਾਂਜੀ ਭਾਈ ਲਖਵਿੰਦਰ ਸਿੰਘ, ਹਾਂਜੀ ਲਖਵਿੰਦਰਜੀਤ ਸਿੰਘ ਜਾਂ ਲਖਵਿੰਦਰ ਸਿੰਘ ਹੈ ਨਾ ਜੀ, ਹਾਂ ਲਖਵਿੰਦਰ ਸਿੰਘ ਜੀ। ਹਾਂਜੀ ਇੱਕ ਸਿੱਖ ਧਰਮ ਹੈ ਵੀਰ ਜੀ, ਜਿਹੜਾ ਦੇਖਣ ਤੇ ਨਾ ਦੇਖਣ ਤੇ ਵਿਸ਼ਵਾਸ ਨਹੀਂ ਕਰਦਾ, ਉੱਥੇ ਜਿੰਦੀਆਂ ਨਹੀਂ ਜੋਤ ਹੈਗੀ ਉਹ ਵੀ ਅਕਾਲ ਪੁਰਖ ਪਰਮਾਤਮਾ ਨੂੰ ਪਾ ਸਕਦਾ ਹੈ, ਪਾ ਸਕਦਾ ਬਿਲਕੁਲ, ਕਿਉਂਕਿ ਸ਼ਬਦ ਗੁਰੂ ਸੁਰਤ ਤੋਂ ਚੇਲਾ, ਸਾਡੇ ਧਰਮ ਦੇ ਵਿੱਚ ਸ਼ਬਦ ਪ੍ਰਧਾਨ ਹੈ, ਸਾਡਾ ਗੁਰੂ ਸ਼ਬਦ ਹੈ, ਠੀਕ ਹੈ, ਜਿਹਦੀ ਅੱਖਾਂ ਦੀ ਰੋਸ਼ਨੀ ਵੀ ਨਹੀਂ ਨਾ ਹੈਗੀ ਉਹ ਵੀ ਸ਼ਬਦ ਗਾ ਪੜ ਸਕਦਾ ਹੈਗਾ, ਪਰ ਅਸੀਂ ਫੇਰ ਉਹ ਤਸਵੀਰਾਂ ਵਾਲੀ ਕਹਾਣੀ ਜਾਂ ਉਹ ਸਾਰਾ ਕੁਛ ਹੈ ਨਾ ਕਿਉਂ ਨੀ ਸਾਡੇ ਅੰਦਰ। ਦੇਖੋ ਮੈਂ ਤੁਹਾਨੂੰ ਦੱਸਦਾ ਜੀ, ਅੱਜ ਤੋਂ ਤਕਰੀਬਨ 2 ਸਾਲ ਪਹਿਲਾਂ ਨਰਸਿੰਗ ਕਾਲਜ ਸਰਾਭਾ, ਹਾਂਜੀ, 2 ਲੜਕੀਆਂ ਕੈਨੇਡਾ ਤੋਂ ਆਈਆਂ, ਹਾਂਜੀ, ਮੈਂ ਕਲਾਸ ਲਗਾਈ ਹੋਈ ਸੀ, ਸਵਾਲ ਜਵਾਬ ਹੋ ਰਹੇ ਸੀ, ਤੇ ਉਹ ਭੈਣਾਂ ਕਹਿੰਦੀ ਵੀਰ ਜੀ ਸਾਡੇ 2 ਸਵਾਲ ਨੇ, ਹਾਂਜੀ, ਇੱਕ ਤੇ ਚਲੋ ਇਹੀ ਤਸਵੀਰਾਂ ਵਾਲਾ ਇਹੀ ਪੰਕਤੀ ਉਹਨਾਂ ਨੇ ਮੇਰੇ ਅੱਗੇ ਰੱਖੀ ਸਾਹਮਣੇ ਹੈ ਨਾ, ਤੇ ਮੈਂ ਉਹਨਾਂ ਨੂੰ ਸਾਫ਼ ਕਹਿ ਦਿੱਤਾ, ਮੈਂ ਕਿਹਾ ਵੀ ਸਾਡੇ ਧਰਮ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜਪਜੀ ਸਾਹਿਬ ਨੇ, ਹਾਂਜੀ ਠੀਕ ਹੈ ਜੀ। ਅਗਲੀ ਗੱਲ ਉਹ ਕਹਿੰਦੇ ਵੀਰ ਜੀ ਸਾਡੇ ਅੱਖਾਂ ਦੇ ਸਾਹਮਣੇ ਥਾਲ ਦੇ ਵਿੱਚ 5 ਪ੍ਰਸ਼ਾਦੇ ਰੱਖ ਕੇ ਲੈ ਕੇ ਆਉਂਦੇ, ਹਾਂਜੀ, ਚਮਚਾ ਰੱਖਿਆ, ਹਾਂਜੀ, ਦਾਲ ਪਾ ਕੇ ਲੈ ਕੇ ਆਉਂਦੀ ਹੈ ਇੱਕ ਕਟੋਰੇ ਦੇ ਵਿੱਚ, ਹਾਂਜੀ, ਇੱਕ ਕਟੋਰੇ ਦੇ ਵਿੱਚ ਮਿੱਠੀ ਕੋਈ ਚੀਜ਼ ਪਾ ਕੇ ਲੈ ਕੇ ਆਉਂਦੀ ਹੈ, ਹਾਂਜੀ, ਪਾਣੀ ਵੀ ਲੈ ਆਉਂਦਾ, ਉੱਪਰ ਕੱਪੜਾ ਰੱਖ ਕੇ ਗੁਰੂ ਸਾਹਿਬ ਦੇ ਅੱਗੇ ਲਿਆ ਕੇ ਰੱਖਤਾ, ਹਾਂਜੀ, ਭੋਗ ਲੱਗੇ ਗੁਰੂ ਸਾਹਿਬ ਜੀ ਛਕੋ, ਹਾਂਜੀ, ਸਾਡੀਆਂ ਅੱਖਾਂ ਦੇ ਸਾਹਮਣੇ ਉਹੀ ਪ੍ਰਸ਼ਾਦਾ ਮੁੜ ਕੇ ਲੰਗਰ ਦੇ ਵਿੱਚ ਗਿਆ, ਉਹੀ 5 ਪ੍ਰਸ਼ਾਦੇ ਜਾ ਕੇ ਲੰਗਰ ਦੇ ਵਿੱਚ ਚਲੇ ਗਏ, ਉਹੀ ਦਾਲ ਚੱਲੇ ਗਈ, ਚਮਚਾ ਆਪਣੀ ਜਗ੍ਹਾ ਤੋਂ ਨੀ ਹਿੱਲਿਆ, ਜਿੰਨਾ ਪਾਣੀ ਲਿਆਂਦਾ ਸੀ ਉਨਾ ਹੀ ਪਾਣੀ ਲਿਆ ਕੇ ਅੱਗੇ ਜਲ ਦੇ ਵਿੱਚ ਪਾ ਦਿੱਤਾ, ਪਾਣੀ ਚ ਪਾ ਦਿੱਤਾ ਹੈ ਨਾ, ਹਾਂਜੀ ਹਾਂਜੀ ਹਾਂਜੀ, ਸਾਡੀਆਂ ਅੱਖਾਂ ਦੇ ਸਾਹਮਣੇ ਇਹ ਸਾਰਾ ਕੁਝ ਹੋਇਆ, 5 ਪ੍ਰਸ਼ਾਦੇ ਸੀ ਤੇ 5 ਹੀ ਲਿਆ ਕੇ ਉੱਥੇ ਲੰਗਰ ਦੇ ਵਿੱਚ ਰੱਖ ਦਿੱਤੇ ਗਏ, ਛਕਿਆ ਕੀ ਗੁਰੂ ਸਾਹਿਬ ਜੀ ਨੇ, ਹਾਂਜੀ ਹਾਂਜੀ। ਵੇਖੋ ਮੇਰੀ ਬੇਨਤੀ ਸੁਣੋ, ਜਦੋਂ ਨੌਜਵਾਨਾਂ ਦੇ ਏਦਾਂ ਦੇ ਸਵਾਲ ਆਉਂਦੇ ਨੇ ਨਾ, ਉੱਥੇ ਅਸੀਂ ਏਦਾਂ ਕਹਿ ਕੇ ਖੇੜਾ ਨੀ ਛੜਾ ਸਕਦੇ ਵੀ ਹਾਂ ਇਹ ਸਾਡੀ ਸ਼ਰਧਾ ਜੀ, ਜਿਹਨਾਂ ਸ਼ਰਧਾ ਛਕਾਇਆ ਅੱਖਾਂ ਦੇ ਸਾਹਮਣੇ ਉਹਨਾਂ ਦੇ 5 ਪ੍ਰਸ਼ਾਦੇ ਲੈ ਕੇ ਆਉਂਦੇ ਨੇ, ਤੇ ਕੀ ਉਹਨਾਂ ਨੌਜਵਾਨ ਉਹ ਸਿੱਖੀ ਨਾਲ ਜੁੜਨਗੇ ਜਾਂ ਟੁੱਟ ਜਾਣਗੇ? ਨਹੀਂ ਜੁੜਨਗੇ, ਸਿੱਖੀ ਨਾਲ, ਮੈਂ ਤੁਹਾਨੂੰ ਦੱਸਦਾ ਨਾ ਕਿਵੇਂ ਜੁੜਨਗੇ। ਹਾਂਜੀ ਵੇਖੋ ਬੇਨਤੀ ਇਹ ਹੈ, ਆਪਾਂ 5 ਪ੍ਰਸ਼ਾਦੇ ਖਾਣ ਤੋਂ ਪਹਿਲਾਂ ਜੇ ਉਹੀ ਥਾਲ ਸਤਿਗੁਰੂ ਜੀ ਦੇ ਹਜ਼ੂਰ ਵਿੱਚ ਜਾ ਕੇ ਉਹਨਾਂ ਨੂੰ ਬੇਨਤੀ ਕਰਕੇ, ਮੈਂ ਮੰਨ ਲੈਣਾ ਭੋਗ ਨੀ ਲਾਉਂਦੇ, ਤੁਹਾਡੀ ਗੱਲ ਨਾਲ ਸਹਿਮਤ ਹੋ ਜਾਂਦਾ ਕਿ ਭੋਗ ਨੀ ਲਾਉਂਦੇ ਮਹਾਰਾਜ, ਇੱਕ 5 ਪ੍ਰਸ਼ਾਦੇ ਆਪਾਂ ਥਾਲ ਚ ਰੱਖੇ ਆ ਆਪਣੀ ਸ਼ਕਲ ਲਈ, ਜੇ ਸਤਿਗੁਰੂ ਜੀ ਨੂੰ ਬੇਨਤੀ ਕਰਕੇ ਵੀ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰੋ ਵੀ ਇਹ ਪ੍ਰਸ਼ਾਦੇ ਨੂੰ ਭੋਗ ਲਾਓ, ਤੇ ਉਹ 15 ਮਿੰਟ 10 ਮਿੰਟ ਆਪਾਂ ਹਜ਼ੂਰੀ ਵਿੱਚ ਰੱਖ ਕੇ ਬਾਹਰ ਜਾਪ ਕਰ ਲੈਂਦੇ ਆ ਕਿਸੇ ਗੁਰਬਾਣੀ ਦਾ, ਤੇ ਉਹ ਦੱਸੋ ਉਹ ਚ ਮਾੜੀ ਵੀ ਕਿਹੜੀ ਗੱਲ ਹੈ? ਦੱਸੋ, ਨਹੀਂ ਮਾੜੀ ਹੈਗੀ ਜੀ, ਬਿਲਕੁਲ ਮੈਂ ਇਸ ਗੱਲ ਨਾਲ ਸਹਿਮਤ ਹਾਂ ਵੀ ਆਪਾਂ ਬੈਠ ਕੇ ਵੈਸੇ ਚਲੋ ਹੱਥ ਜੋੜ ਕੇ ਸਤਿਗੁਰੂ ਜੀ ਕਿਰਪਾ ਹਨਾ, ਪਰ ਭੋਗ ਲਾਓ ਦੀ ਜਿਹੜੀ ਗੱਲ ਵੀਰ ਜੀ ਹੈਗੀ ਆ ਨਾ, ਵੀ ਭੋਗ ਭੋਗ ਦਾ ਮਤਲਬ ਭੋਗ ਦੇਖੋ ਮੂਰਤੀਆਂ ਨੂੰ ਲੱਗਦਾ ਸੀਗਾ, ਅੱਜ ਵੀ ਲੋਕ ਲਾਈ ਜਾਂਦੇ ਨੇ ਤੋੜ ਤੋੜ, ਨਹੀਂ ਨਹੀਂ ਬੇਨਤੀ ਹੈ ਵੀ ਤੁਸੀਂ ਪੜ੍ਹੇ ਲਿਖੇ ਹੋ ਤੁਸੀਂ, ਭੋਗ ਸ਼ਬਦ ਹਿੰਦੀ ਦਾ, ਗੱਲ ਸਮਝ ਆਈ ਜੀ? ਧਿਆਨ ਨਾਲ ਮੇਰੀ ਗੱਲ ਸੁਣੋ, ਭੋਗ ਸ਼ਬਦ ਹਿੰਦੀ ਦਾ, ਸਿਖਾਓ ਸ਼ਬਦ ਪੰਜਾਬੀ ਦਾ, ਛਕੋ ਸ਼ਬਦ ਗੁਰਮੁਖੀ ਦਾ, ਠੀਕ ਹੈ? ਹਾਂ, ਜਿਹੜੀ ਖਾਣ ਵਾਲੀ ਚੀਜ਼ ਹੈ ਜੇ ਉਹਨੂੰ ਆਪਾਂ ਕਹਿ ਲਾਂਗੇ ਭੋਗ ਲਾਓ ਖਾਓ ਛਕੋ ਤਾਂ ਉਹਦੇ ਵਿੱਚ ਕੋਈ ਗਲਤ ਗਲਤ ਹੈ ਨੀ, ਕਰੀ ਪਾਕ ਸਭ ਸੋਚ ਪਵਿੱਤਰਾ ਹੁਣ ਲਾਓ ਭੋਗ ਹਰ ਰਾਏ, ਗੁਰਬਾਣੀ ਚ ਆਉਂਦਾ ਆਉਂਦਾ ਜੀ, ਬਿਲਕੁਲ ਆਉਂਦਾ, ਤੁਸੀਂ ਇਸ ਕਿਰਪਾ ਕਰਕੇ ਇਸ ਸ਼ਬਦ ਨੂੰ ਨਾ ਚੰਗੀ ਤਰ੍ਹਾਂ ਵਿਚਾਰੋ ਵੀ ਉੱਥੇ ਕੀ ਗੱਲ ਚੱਲਦੀ ਪਈ ਹੈ, ਬਿਲਕੁਲ ਲਾਓ ਭੋਗ ਹਰ ਰਾਏ ਇਹ ਸ਼ਬਦ ਨੂੰ ਇਮਾਨਦਾਰੀ ਦੇ ਨਾਲ ਉਹਨੂੰ ਵਿੱਚ ਵਿਚਾਰ ਕੇ ਦੇਖੋ ਵੀ ਇੱਥੇ ਅਸਲ ਵਿੱਚ ਗੱਲ ਕੀ ਚੱਲਦੀ ਪਈ ਹੈ। ਹੁਣ ਮੇਰੀ ਬੇਨਤੀ ਨੂੰ ਪ੍ਰਵਾਨ ਕਰੇ, ਦੇਖੋ ਤੁਹਾਡੇ ਸਕੂਲ ਦੇ ਵਿੱਚ ਕੋਈ ਟਰਾਫੀ ਦੇਵੇ ਨਾ ਤੁਹਾਨੂੰ, ਜਾਂ ਤੁਹਾਨੂੰ ਕੋਈ ਸਨਮਾਨਿਤ ਕਰੇ ਸਰੋਪੇ ਦੇ ਨਾਲ, ਤਾਂ ਉਹ ਤੁਹਾਨੂੰ ਕਹੂਗਾ ਪ੍ਰਵਾਨ ਕਰ ਲਓ, ਤੇ ਤੁਸੀਂ ਪ੍ਰਵਾਨ ਕਰ ਲੋਗੇ, ਕਿਉਂਕਿ ਖਾਣ ਵਾਲੀ ਚੀਜ਼ ਨਹੀਂ, ਜੇ ਖਾਣ ਜੇ ਤੁਹਾਡੇ ਅੱਗੇ ਕੋਈ ਟੇਬਲ ਦੇ ਅੱਗੇ ਕੋਈ ਸੇਵ ਕੱਟ ਕੇ ਰੱਖਿਆ ਤਾਂ ਤੁਹਾਨੂੰ ਕੋਈ ਸਤਿਕਾਰਯੋਗ ਨਾਲ ਸਤਿਕਾਰ ਨਾਲ ਕਹੂਗਾ ਭਾਈ ਸਾਹਿਬ ਜੀ ਛਕੋ ਭੋਗ ਲਾਓ ਜਾਂ ਖਾਓ, ਇਹ ਚ ਦੱਸੋ ਕੀ ਮਾੜਾ ਹੋ ਜਾਏਗਾ? ਖਾਧਾ ਜਾਏਗਾ ਨਾ, ਪਰ ਉਹ ਤੇ ਬਿਲਕੁਲ ਖਾਦੇ ਲੈ ਕੇ ਆਏ, ਉਹ ਗੁਰੂ ਸਾਹਿਬ ਜੀ ਨੂੰ ਅਸੀਂ ਛਕਾਉਣ ਦੀ ਗੱਲ ਕੀਤੀ, ਗੁਰੂ ਸਾਹਿਬ ਜੀ ਖਾਓ ਛਕੋ ਭੋਗ ਲਾਓ, ਪਰ ਗੁਰੂ ਸਾਹਿਬ ਜੀ ਛਕਿਆ ਨੀ, 5 ਪ੍ਰਸ਼ਾਦੇ ਫੇਰ ਵਾਪਸ ਚਲੇ ਗਏ ਨੇ। ਨਹੀਂ ਇੱਕ ਮਿੰਟ ਵੇਖੋ ਭਾਈ ਸਾਹਿਬ ਜੀ, ਬੇਨਤੀ ਹੈ ਵੀ ਵੇਖੋ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਸਾਡਾ ਮਨ ਕਰਦਾ ਜੇ ਧਰਨੇ ਦਾ ਪੱਥਰ ਭੋਗ ਲਾ ਸਕਦਾ ਤੇ ਗੁਰੂ ਗ੍ਰੰਥ ਸਾਹਿਬ ਜੀ ਵੀ ਲਾਉਂਦੇ ਆ, ਸੰਤ ਬਾਬਾ ਸੁੰਦਰ ਸਿੰਘ ਜੀ ਭਿੰਡਰਾਂ ਵਾਲਿਆਂ ਨੇ ਇਸ ਤਰ੍ਹਾਂ ਹੀ ਵਿਚਾਰ ਹੋਏ ਸੀ, ਕਿਸੇ ਗੁਰਸਿੱਖ ਜੀ ਉਹ ਕਹਿਣ ਲੱਗੇ ਵੀ ਤੁਸੀਂ ਦੇਗ ਬਣਾ ਕੇ ਲੈ ਕੇ ਜਾਂਦੇ ਹੋ ਤਾਂ ਉਹ ਕਹਿੰਦੇ ਵੀ ਸੱਚੇ ਪਾਤਸ਼ਾਹ ਜੀ ਭੋਗ ਲਾਉਂਦੇ, ਉਹ ਕਹਿੰਦੇ ਨਹੀਂ ਲਾਉਂਦੇ, ਤਾਂ ਮੈਂ ਸ਼ੋਰਟ ਸੁਣਾਵਾਂ ਤੁਹਾਨੂੰ, ਉਹਨਾਂ ਨੇ ਵੇਟ ਕੀਤਾ ਦੇਗ ਦਾ, ਉਹਦਾ ਦੇਗ ਦਾ ਵੇਟ ਸੀ 1 ਕਿਲੋ,
ਜਦੋਂ ਸਤਿਗੁਰੂ ਜੀ ਦੇ ਹਜ਼ੂਰ ਬੇਨਤੀ ਕੀਤੀ ਬਾਬਾ ਸੁੰਦਰ ਸਿੰਘ ਜੀ ਭਿੰਡਰਾਂ ਵਾਲਿਆਂ ਨੇ ਵੀ ਗਰੀਬ ਨਵਾਜ ਮੈਨੂੰ ਪਤਾ ਹੈ ਵੀ ਆਪ ਜੀ ਪ੍ਰਤੱਖ ਹੋ ਪਰ ਇਹ ਸਿੱਖ ਨੂੰ ਸਮਝਾ ਦਿਓ ਕਿਰਪਾ ਕਰ ਦਿਓ ਉੱਤੇ ਤਾਂ ਫਿਰ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਨਾਲ ਉਹ ਚੋ ਦੋ ਸ਼ਟਾਂਗਾ ਦੇ ਘੱਟ ਸੀ ਉਹਨੂੰ ਦੁਬਾਰਾ ਉਹਦਾ ਵੇਟ ਕੀਤਾ ਗਿਆ ਤੁਹਾਨੂੰ ਦੱਸਦਾ ਇਹ ਵੀ ਮੈਂ ਇਹ ਵੀ ਅਸੀਂ ਕਰਕੇ ਵੇਖਿਆ ਸਵਾਲ ਨੀ ਕਰਨੇ ਸੀ ਉਹਨੂੰ ਇੱਕ ਮਿੰਟ ਮੇਰੇ ਧਿਆਨ ਨਾਲ ਮੇਰੀ ਧਿਆਨ ਨਾਲ ਗੱਲ ਸੁਣ ਤਾਂ ਲੋਕ ਜਿਹੜੀ ਮੈਂ ਗੱਲ ਕਰ ਰਿਹਾ ਉਹ ਬੱਚਿਆਂ ਨੇ ਮੈਨੂੰ ਸਵਾਲ ਕੀਤਾ ਅਗਲੀ ਗੱਲ ਤੁਸੀਂ ਕਹਿੰਦੇ ਹੋ ਸਵਾਲ ਨੀ ਕਰਨੇ ਚਾਹੀਦੇ ਤੁਸੀਂ ਇਹ ਉਦਾਹਰਨ ਦਿੱਤੀ ਹੈ ਵੀ ਸੁੰਦਰ ਸਿੰਘ ਜੀ ਨੇ ਕਿਹਾ ਹਨਾ ਹਾਂਜੀ ਤੁਸੀਂ ਕਿਰਪਾ ਕਰਕੇ ਆਪਣੇ ਘਰ ਦੇ ਵਿੱਚ ਇਹ ਚੀਜ਼ ਕਰਕੇ ਵੇਖੋ ਅਸੀਂ ਖੁਦ ਕਰਕੇ ਵੇਖੀ ਆ ਇੱਕ ਕਿਲੋ ਪ੍ਰਸ਼ਾਦ ਤਿਆਰ ਕੀਤਾ ਉਹਨੂੰ ਅੱਧੇ ਘੰਟੇ ਬਾਅਦ ਉਹਦਾ ਫੇਰ ਦੁਬਾਰਾ ਜੋਖ ਕਰਕੇ ਵੇਖੋ ਬਿਲਕੁਲ ਘੱਟ ਹੋਊਗਾ ਉਹ ਵੀਰ ਜੀ ਫਿਰ ਤਾਂ ਆਪਣੀ ਭਾਵਨਾ ਨੀ ਨਾ ਹੈਗੀ ਉਹ ਸਤਿਗੁਰੂ ਜੀ ਦਾ ਭਾਵਨਾ ਦਾ ਨਹੀਂ ਭਾਵਨਾ ਨਾ ਭੋਗ ਲਾਉਂਦੇ ਨੇ ਉਹ ਤਾਂ ਗਰੀਬ ਨਵਾਜ ਇੱਕ ਮਿੰਟ ਮੇਰੀ ਨੀ ਸੁਣੋ ਨਹੀਂ ਉਹ ਗਰੀਬ ਨਵਾਜ ਸਾਡੇ ਇੱਕ ਮਿੰਟ ਸਾਡੇ ਪਦਾਰਥਾਂ ਦੇ ਭੁੱਖੇ ਨਹੀਂ ਸਾਡੀ ਦੇਗ ਦੇ ਭੁੱਖੇ ਨਹੀਂ ਸਾਡੇ ਪ੍ਰਸ਼ਾਦੇ ਦੇ ਭੁੱਖੇ ਨਹੀਂ ਸਿਰਫ ਮੇਰੇ ਧਿਆਨ ਨਾਲ ਗੱਲ ਸੁਣ ਲਓ ਇਹ ਇੱਕ ਸਾਧਨ ਹੈ ਗੁਰੂ ਸਾਹਿਬ ਨਾਲ ਮਿਲਾਉਣ ਲਈ ਗੁਰੂ ਸਾਹਿਬ ਦੇ ਕਮਰੇ ਜਾਣ ਲਈ ਸਾਧਨ ਹੈ ਇੱਕ ਗੱਡੀ ਸਾਧਨ ਹੁੰਦਾ ਨਾ ਇਹ ਪ੍ਰਸ਼ਾਦਾ ਸਾਧਨ ਹੈ ਜੇ ਤੁਸੀਂ ਮਨ ਕਰੋਗੇ ਕਿ ਗੁਰੂ ਸਾਹਿਬ ਜੀ ਭੋਗ ਲਾਉਣਗੇ ਜੇ ਨਹੀਂ ਤੁਹਾਡਾ ਮਨ ਹੈਗਾ ਫਿਰ ਨਹੀਂ ਲਾਉਣਗੇ ਤੇ ਉਹੀ ਆ ਨਾ ਵੀ ਅਸੀਂ ਪੰਜ ਪ੍ਰਸ਼ਾਦੇ ਜਿਹੜੀ ਮੈਂ ਤੁਹਾਨੂੰ ਰੱਖਿਆ ਨਾ ਵੀ ਉਹ ਲੜਕੀਆਂ ਨੇ ਸਵਾਲ ਕੀਤਾ ਅੱਖਾਂ ਦੇ ਸਾਹਮਣੇ ਉਹ ਤਾਂ ਛਕੇ ਹੀ ਨੀ ਚਮਚਾ ਆਪਣੀ ਜਗ੍ਹਾ ਤੋਂ ਨਹੀਂ ਹਿੱਲਿਆ ਦਾਲ ਉਨੀ ਹੈ ਪਾਣੀ ਉਨੀ ਹੈ ਸਾਰਾ ਕੁਛ ਉਨਾ ਹੈਗਾ ਤੇ ਉਸ ਨੂੰ ਹੁਣ ਬਹੁਤ ਜਗ੍ਹਾ ਦੇ ਉੱਪਰ ਬੋਲਿਆ ਜਾਂਦਾ ਦਰ ਪ੍ਰਵਾਨ ਹੋਵੇ ਇਹ ਤੇ ਬਣੀ ਨਾ ਗੱਲ ਵੀ ਕੜਾਹ ਪ੍ਰਸ਼ਾਦ ਦਰ ਤੇ ਪ੍ਰਵਾਨ ਹੋਵੇ ਆਪ ਵੀ ਪ੍ਰਵਾਨ ਤੁਸੀਂ ਕਰ ਲਓ ਸ਼ਾਕ ਅਸੀਂ ਜਾਣਦੇ ਸਾਰੇ ਮਗਰ ਇਹੀ ਗੱਲ ਹੈ ਬਿਲਕੁਲ ਜੀ ਆਪ ਵੀ ਮਤਲਬ ਤੁਸੀਂ ਚੱਕੇ ਹੋਣਾ ਦੂਜੀ ਗੱਲ ਵੀ ਤੁਸੀਂ ਰਾਖੀ ਰੱਖੋ ਤੁਸੀਂ ਇਹਦੀ ਹੈ ਗੁਰੂ ਸਾਹਿਬ ਨੂੰ ਰਾਖੀ ਰੱਖਿਆ ਨਹੀਂ ਮੀਨਿੰਗ ਤਾਂ ਇਹੀ ਨਾ ਵੀਰ ਜੀ ਵੀ ਗੁਰੂ ਸਾਹਿਬ ਤੁਸੀਂ ਪ੍ਰਵਾਨ ਕਰ ਲਿਓ ਪਰ ਛਕਾਂਗੇ ਅਸੀਂ ਭਾਵਨਾ ਸਾਡੀ ਤਾਂ ਇਹ ਕਰੀ ਕਰੀ ਪਾਕ ਸਾਹਿਬ ਸੋਚ ਪਵਿੱਤਰਾਂ ਨੂੰ ਲਾਭ ਪੋਗਾ ਜੀ ਤੱਕ ਭੋਗ ਕਹਿੰਦੇ ਤੁਸੀਂ ਤਾਂ ਬੱਚੇ ਪੁਆਲ ਤੇ ਭੋਗ ਪਹਿਲੋ ਕਹਿੰਦੇ ਵੀ ਭੋਗ ਹੈ ਵੀਰ ਜੀ ਸ਼ਿਕਾਈ ਜਾਓ ਫਿਰ ਪਹਿਲਾਂ ਗੱਲ ਸ਼ਬਦ ਗੁਰੂ ਨੂੰ ਭੋਗ ਲੱਗਦਾ ਹਾਂਜੀ ਸ਼ਬਦ ਗੁਰੂ ਛਕਦੇ ਨੇ ਸ਼ਬਦ ਗੁਰੂ ਨੂੰ ਏਸੀਆਂ ਦੀ ਲੋੜ ਹੈਗੀ ਬਿਲਕੁਲ ਹੈਗੀ ਸਾਰਾ ਫਿਰ ਦੂਜੀ ਗੱਲ ਤੁਹਾਡੇ ਵਾਲੇ ਮੈਂ ਇੱਦਾਂ ਹੀ ਇੱਕ ਵੀਰ ਨਾਲ ਵਿਚਾਰ ਕੀਤੀ ਲੈ ਤੁਸੀਂ ਏਸੀ ਪੈ ਜਾਂਦੇ ਹੋ ਤੁਸੀਂ ਐ ਪੈ ਜਾਂਦੇ ਹੋ ਗੁਰੂ ਨੂੰ ਨੀ ਲੋੜ ਅਸੀਂ ਤੇ ਗੰਦਗੀ ਦੇ ਪੁਤਲੇ ਆ ਇੱਥੇ ਗੰਦਗੀ ਦੇ ਇਨਸਾਨ ਆ ਤਾਂ ਕਰਕੇ ਇੱਥੇ 2 ਮਿੰਟ ਨੀ ਲੈਟ ਬਿਨਾ ਸਾਰਦੇ ਸਾਡੇ ਨਾਲ ਸਾਡੇ ਗੁਰੂ ਨੂੰ ਮਿਲਾ ਦਿੱਤਾ ਨਹੀਂ ਫਿਰ ਆਪਾਂ ਰਮਾਲੇ ਵੀ ਸਤਿਗੁਰੂ ਜੀ ਸਤਿਗੁਰੂ ਜੀ ਰਮਾਲੇ ਵੀ ਨਾ ਦਈਏ ਦੇਗ ਵੀ ਨਾ ਫਿਰ ਗੁਰੂ ਸਾਹਿਬ ਦੇ ਚਰਨਾਂ ਵਿੱਚ ਜਾਈਏ ਇਹ ਵੀ ਰਹਿਣ ਦਿਓ ਦੇਗ ਦਰ ਪ੍ਰਵਾਨ ਹੋਵੇ ਨਾ ਕਿ ਗੁਰੂ ਸਾਹਿਬ ਜੀ ਨੇ ਉੱਥੇ ਛਕਣੀ ਹੈ ਤੇ ਰਮਾਲੇ ਰਮਾਲੇ ਲਾ ਦਿੰਦੇ ਆ ਰਮਾਲੇ ਇਹਨੂੰ ਦੇਖੋ ਜਾਂ ਫਿਰ ਜਾਂ ਫਿਰ ਉੱਥੇ ਜਿਹੜੇ ਉੱਥੇ ਚਾਦਰਾਂ ਦਿੰਦੇ ਆਪਾਂ ਸੁਖਾਸਣ ਦੀ ਥਾਂ ਤੇ ਜਾਂ ਅਰਦਾਸ ਕਰਕੇ ਆਉਂਦੇ ਆ ਸੱਚੇ ਪਾਤਸ਼ਾਹ ਆਪ ਜੀ ਆਰਾਮ ਕਰੋ ਉਹ ਫਿਰ ਅਰਦਾਸ ਛੱਡ ਦਿੰਦੇ ਸਾਰੀਆਂ ਬਿਲਕੁਲ ਜੀ ਆਰਾਮ ਅਸੀਂ ਕਹਿੰਦੇ ਨੀ ਆਰਾਮ ਕਰੋ ਹਾਂਜੀ ਵੀ ਬੱਚੇ ਇਸ ਤਰ੍ਹਾਂ ਗੱਲਾਂ ਨੀ ਬਣਦੀਆਂ ਦੇਖੋ ਮੈਂ ਤੁਹਾਨੂੰ ਦੱਸਦਾ ਨਾ ਤੁਸੀਂ ਇੱਕ ਭਾਵਨਾ ਨੂੰ ਲੈ ਕੇ ਚੱਲੇ ਹੋ ਇੱਕ ਸ਼ਰਧਾ ਨੂੰ ਲੈ ਕੇ ਚੱਲੇ ਹੋ ਸਿਰਫ ਮੈਂ ਤੁਹਾਡੇ ਅੱਗੇ ਗੁਰਬਾਣੀ ਦੀ ਪੰਕਤੀ ਰੱਖ ਕੇ ਕਿਹਾ ਵੀ ਬਾਬੇ ਦੀ ਬਾਣੀ ਇਹ ਗੱਲ ਕਹਿੰਦੀ ਹੈ ਵੀ ਸਿੱਖ ਮੂਰਤੀ ਪੂਜਕ ਹੈ ਤਸਵੀਰਾਂ ਦਾ ਪੁਜਾਰੀ ਹੈ ਕਿ ਸਾਡਾ ਜਿਹੜਾ ਸਾਡੀ ਮੂਰਤ ਹੈ ਜਿਹੜੀ ਸਾਡੀ ਤਸਵੀਰ ਹੈ ਉਹ ਕੀ ਹੈ ਸਾਡੀ ਤਸਵੀਰ ਸ਼ਬਦ ਹੈ ਇੱਕ ਨਾ ਗੁਰਬਾਣੀ ਚ ਪੰਕਤੀ ਆਉਂਦੀ ਅੱਖਰ ਲਿਖੇ ਸਹੀ ਗਾਵਾਂ ਅਵਰ ਨਾ ਜਾਣਾ ਬਾਣੀ ਅੱਖਰ ਲਿਖੇ ਤੁਸੀਂ ਪੜ੍ਹ ਰਹੇ ਹੋ ਸੁਣਾ ਰਹੇ ਹੋ ਪਰ ਤੁਸੀਂ ਭਾਵਨਾ ਬਾਣੀ ਦਾ ਅਰਥ ਕੇ ਭਾਵਨਾ ਨਹੀਂ ਨਾ ਬਣਾਉਣੀ ਜੇ ਭਾਵਨਾ ਤੁਹਾਡੇ ਅੰਦਰ ਬਣ ਜਾਵੇ ਤੇ ਇਹੀ ਤੁਹਾਨੂੰ ਜਿਹੜੇ ਅੱਖਰ ਨੇ ਇਹ ਤੁਹਾਨੂੰ ਗਿਆਨ ਦੇਣਗੇ ਤੇ ਜੇ ਤੁਸੀਂ ਪੜ੍ਹੀ ਜਾਓ ਪੜ੍ਹਿਆ ਮੁਕਤ ਨਾ ਹੋਵੇ ਤੁਸੀਂ ਪੜ੍ਹ ਜੋ ਮਰਜ਼ੀ ਸੁਣਾਈ ਜਾਓ ਤੇ ਪੜ੍ਹਿਆ ਨੀ ਗੱਲ ਬਣਨੀ ਮੇਰਾ ਵੀਰ ਕਿਸੇ ਮਹਾਂਪੁਰਖ ਤੁਹਾਡੇ ਅੱਗੇ ਸ਼ਬਦ ਦੀ ਗੱਲ ਕੀਤੀ ਸੀ ਵੀ ਸਿੱਖ ਧਰਮ ਦੇ ਵਿੱਚ ਸ਼ਬਦ ਪ੍ਰਧਾਨ ਹੈ ਨਾ ਕਿ ਮੂਰਤੀਆਂ ਨਾ ਕਿ ਭੋਗ ਲੱਗਣਾ ਨਾ ਕਿ ਇਹ ਸਾਰਾ ਕੁਝ ਗੁਰਮਤ ਦੇ ਵੇਖੋ ਇਸ ਤਰ੍ਹਾਂ ਵੇਖੋ ਸਭ ਕੁਛ ਮੇਰਾ ਵੀਰ ਦੇਖੋ ਜਿੱਥੇ ਤੁਸੀਂ ਗਿਆਨ ਲਿਆ ਹੋਏਗਾ ਤੁਹਾਨੂੰ ਮੁਬਾਰਕ ਹੈ ਮੈਂ ਗੱਲ ਮੁਕਾਵਾਂ ਜਿੱਥੇ ਸਾਨੂੰ ਕੁਛ ਗਿਆਨ ਮਿਲਿਆ ਸਾਨੂੰ ਉਹਦੇ ਵਿੱਚ ਸ਼ਾਂਤੀ ਹੈ ਤੁਹਾਨੂੰ ਇਹਦੀ ਸ਼ਾਂਤੀ ਤੁਹਾਡੇ ਲਈ ਮਨਮਤ ਹੋ ਸਕਦੀ ਹੈ ਸਾਨੂੰ ਤਾਂ ਬੜਾ ਆਨੰਦ ਆ ਰਿਹਾ ਮੈਂ ਤਾਂ 8 ਸਾਲ ਦੀ ਅਵਸਥਾ ਦੇ ਵਿੱਚ ਇੱਧਰ ਲੱਗਿਆ ਹੋਇਆ ਤੇ ਮੈਨੂੰ ਬਖਸ਼ਿਸ਼ ਹੈ ਮੈਨੂੰ ਤਾਂ ਬਹੁਤ ਆਨੰਦ ਆ ਰਿਹਾ ਮੈਨੂੰ ਬਹੁਤ ਕੁਛ ਮਿਲਿਆ ਸਾਡਾ ਜੀਵਨ ਬਦਲਿਆ ਮੈਂ ਇਸ ਗੱਲ ਨਾਲ ਪਰ ਮੈਂ ਤੁਹਾਡੇ ਅੱਗੇ ਗੁਰਬਾਣੀ ਦੀ ਪੰਕਤੀ ਰੱਖੀ ਹੈ ਮੇਰੀ ਵੀ ਭਾਵਨਾ ਸਮਝੋ ਨਾ ਜੋ ਮੈਂ ਰੱਖੀ ਮੈਂ ਭਾਵਨਾ ਤੁਹਾਡੀ ਸਮਝ ਲਈ ਨਾ ਸ਼ਬਦ ਹੈ ਸਾਧ ਸੰਗਤ ਵਿੱਚ ਪ੍ਰਗਟ ਆਇਆ ਗੁਰ ਕੀ ਮੂਰਤ ਮਨ ਮੈਂ ਧਿਆਨ ਗੁਰੂ ਦੀ ਮੂਰਤ ਤਸਵੀਰ ਕੀ ਕਿਹੜੀ ਮਨ ਦੇ ਵਿੱਚ ਧਿਆਉਣੀ ਹੈ ਜੀ ਗੁਰੂ ਦੀ ਤਸਵੀਰ ਮੇਰੀਆਂ ਇਹ ਵਿਚਾਰਾਂ ਨੇ
ਵੀ ਉਪਦੇਸ਼ ਸਾਰਿਆਂ ਨੂੰ ਸਾਂਝਾ ਹੈ, ਮੁਸਲਮਾਨ ਵੀਰ ਹਜ਼ਰਤ ਮੁਹੰਮਦ ਸਾਹਿਬ ਨੂੰ ਕਿੱਥੋਂ ਲੱਭਦੇ ਨੇ? ਹਾਂਜੀ ਹਾਂਜੀ, ਸਾਡੇ ਸਿੱਖ ਭਾਈ ਤਾਰੂ ਸਿੰਘ ਜੀ ਕਿਹੜੀ ਤਸਵੀਰ ਦੇ, ਕਿਹੜੇ ਬਾਬੇ ਨਾਨਕ ਦੀ ਤਸਵੀਰ ਦੇ ਦਰਸ਼ਨ ਕਰਦੇ ਸੀ? ਉਦੋਂ ਤਾਂ ਇਹ ਨਾਨਕਸਰ ਵਾਲਿਆਂ ਦੀ ਤਸਵੀਰ ਬਣੀ ਹੋਈ ਨਹੀਂ ਸੀ? ਪੂਜਾ ਅਕਾਲ ਕੀ ਇਹ ਗਲਤ ਹੋ ਰਹੀ ਹੈ, ਇਹ ਖੁੰਡੀਆਂ ਦੀ ਪੂਜਾ, ਇਹ ਲੈਟਰੀਨ ਨੂੰ ਮੱਥੇ ਟੇਕਣੇ, ਇਹ ਸਾਹਮਣੇ ਨਾਲ ਚੀਜ਼ਾਂ ਕਿਉਂ ਹੋ ਰਹੀ ਹੈ ਜੀ?